ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਸੀਂ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ ਜਿਹੜੀ ਰੈਲੀ ਹੋਈ ਹੈ ਔਰ ਰੈਲੀ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜੋ ਗੱਲਾਂ ਅੱਜ ਕਹੀਆਂ ਗਈਆਂ ਕਿ ਇਹਨੂੰ ਜ਼ਮੀਨੀ ਪੱਧਰ ਤੇ ਕਿਸਾਨਾਂ ਦੇ ਲਈ ਇਹ ਵਚਨਬੰਧ ਹੋਣਗੀਆਂ ਕਿ ਕਿਸਾਨਾਂ ਨੂੰ ਇਹਦਾ ਫਾਇਦਾ ਪਹੁੰਚੇਗਾ ਕਿ ਇਹ ਸਿਰਫ ਜੁਮਲੇ ਹੀ ਹੋਣਗੇ ਜੋ ਪਿਛਲੇ ਲੰਮੇ ਸਮੇਂ ਤੋਂ ਜੁਮਲੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਮੇਰੇ ਨਾਲ ਕਾਲਰ ਜੁੜ ਰਹੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਉਹ ਕੀ ਕੁਝ ਵਿਚਾਰ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਆਲੋਵਾਲੀਆ ਸਾਹਿਬ ਗੁਰਦੇਵ ਸਿੰਘ ਭੋਗਲ ਵੱਲੋਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਗਲ ਜੀ ਠੀਕ ਹੋ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ ਤੁਸੀਂ ਸੁਣਾਓ ਬਸ ਇੱਕਦਮ ਵਧੀਆ ਭੋਗਲ ਜੀ ਬਹੁਤ ਵਧੀਆ ਤੁਸੀਂ ਵੇਖ ਲਿਆ ਲੇਕਿਨ ਦਿਲ ਖੁਸ਼ ਨਹੀਂ ਹੋਇਆ ਅੱਜ ਮੇਰਾ ਇਹ ਰੈਲੀ ਤੋਂ ਬਾਅਦ ਹਾਂਜੀ ਤੁਸੀਂ ਰੈਲੀ ਵੇਖੀ ਹੋਣੀ ਹੈ ਰੈਲੀ ਤੋਂ ਬਾਅਦ ਦਿਲ ਖੁਸ਼ ਨਹੀਂ ਹੋਇਆ ਨਾ ਜੀ ਦਿਲ ਕਿੱਥੋਂ ਖੁਸ਼ ਹੋਣਾ ਦਿਲ ਰੈਲੀ ਦੇ ਵਿੱਚ ਦਿਲ ਖੁਸ਼ ਕਰਨ ਵਾਲੀਆਂ ਗੱਲਾਂ ਹੋਣ ਤਾਂ ਹੀ ਆ ਨਾ ਆਲੂਵਾਲ ਸਾਹਿਬ ਜਦੋਂ ਜਿਸ ਰੈਲੀ ਦੇ ਵਿੱਚ ਸਿਰਫ ਸਿਰਫ ਜੁਮਲੇਬਾਜ਼ੀ ਹੋਵੇ ਡਰਾਮੇਬਾਜ਼ੀ ਹੋਵੇ ਉੱਥੋਂ ਦਿਲ ਖੁਸ਼ ਕਿਵੇਂ ਹੋਏਗਾ ਦੇਖੋ ਜਿੱਥੇ ਵੀ ਇਹ ਜਾਂਦੇ ਨੇ ਕਿਤੇ ਕਿਤੇ ਕਹਿੰਦੇ ਨੇ ਭਾਰਤ ਕਿਤੇ ਭਾਰਤ ਮਾਂ ਦੀ ਜੈ ਕਿਤੇ ਜੈ ਕਿਸਾਨ ਤੇ ਅੱਗੇ ਦੇਖੋ ਇਹਨਾਂ ਨੇ ਅੱਗੇ ਬਥੇਰੇ ਇਹਨਾਂ ਨੇ ਜੁਮਲੇਬਾਜ਼ੀਆਂ ਕਰ ਲਈਆਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਇਹਨਾਂ ਨੂੰ ਕੋਈ ਸੰਗ ਆਉਣੀ ਚਾਹੀਦੀ ਆ ਜਿੰਨੇ ਵੀ ਸਿਆਸੀ ਬੰਦੇ ਨੇ ਨਾ ਇੰਡੀਆ ਦੇ ਇਹਨਾਂ ਨੂੰ ਸਾਰਿਆਂ ਨੂੰ ਸੰਗ ਆਉਣੀ ਚਾਹੀਦੀ ਆ ਕਿ ਡਰਾਮੇਬਾਜ਼ੀਆਂ ਨਾ ਕਰੀਏ ਜੁਮਲੇਬਾਜ਼ੀਆਂ ਨਾ ਕਰੀਏ ਕਿਉਂਕਿ ਲੋਕ ਭਲਾਈ ਦੇ ਕੰਮ ਕਰੀਏ ਦੁਨੀਆਂ ਦੇਖੋ ਕਿੱਥੇ ਦੇ ਕਿੱਥੇ ਚਲੇ ਗਈ ਜੇ ਇਹ ਜੁਮਲੇਬਾਜ਼ੀਆਂ ਆਲੂਵਾਲੀ ਸਾਹਿਬ ਜੇ ਇਹ ਜੁਮਲੇਬਾਜ਼ੀਆਂ ਛੱਡ ਦੇਣ ਡਰਾਮੇਬਾਜ਼ੀਆਂ ਛੱਡ ਦੇਣ 200 ਰੁਪਏ ਪ੍ਰਤੀ ਕੁਇੰਟਲ ਹਜੇ ਕਿਸਾਨਾਂ ਨੂੰ ਮਿਲਿਆ ਨਹੀਂ ਹੈ ਜੀ ਉਹ ਤੇ ਗੱਲਾਂ ਹੀ ਨਹੀਂ ਹੈ ਔਰ ਕਰੋਨਾ ਦੀ ਰੈਲੀ ਕਰਤੀ ਜੀ ਬਿਲਕੁਲ ਮੈਂ ਕਹਿੰਦਾ ਇਹ ਡਰਾਮੇ ਮੈਂ ਤਾਂ ਕਹਿਣ ਲੱਗਾ ਆਲੂਵਾਲ ਸਾਹਿਬ ਮੈਂ ਇਹੋ ਗੱਲ ਹੁਣ ਕਹਿਣ ਲੱਗਾ ਸੀਗਾ ਵੀ ਇਹ ਲੋਕ ਜੇ ਜੁਮਲੇਬਾਜ਼ੀਆਂ ਛੱਡ ਦੇਣ ਡਰਾਮੇਬਾਜ਼ੀਆਂ ਛੱਡ ਦੇਣ ਤਾਂ ਇੰਡੀਆ ਦਾ ਤਾਂ ਭਾਰਤ ਦਾ ਹੁਲੀਆ ਕੁਝ ਹੋਰ ਹੋਵੇਗਾ ਇਹਨਾਂ ਨੂੰ ਕਿਉਂ ਇਹਨਾਂ ਸਮਝ ਕਿਉਂ ਨਹੀਂ ਆਉਂਦੀ ਸਮਝ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਇਹਨਾਂ ਦੇ ਅੰਦਰ ਨਾ ਕੋਈ ਇਖਲਾਕ ਵਾਲੀ ਗੱਲ ਵਾ ਨਾ ਕੋਈ ਇਨਸਾਨੀਅਤ ਵਾਲੀ ਗੱਲ ਵਾ ਨਾ ਇਮਾਨਦਾਰੀ ਵਾਲੀ ਗੱਲ ਵਾ ਇਹਨਾਂ ਨੂੰ ਜੇ ਚਾਹ ਆ ਜੇ ਇਹਨਾਂ ਦੇ ਅੰਦਰ ਕੋਈ ਲੋਚਾ ਹੈ ਤਾਂ ਉਹ ਕੁਰਸੀ ਪ੍ਰਾਪਤ ਕਰਨ ਦੀ ਆ ਬਸ ਹੋਰ ਕੁਝ ਨਹੀਂ ਦੇਖੋ ਤੁਸੀਂ ਹੁਣ ਜਿਹੜੀ ਰੈਲੀ ਦੇ ਵਿੱਚ ਇਹਨੂੰ ਕਿਰਪਾਨ ਫੜਾਈ ਤੇ ਜਿਹੜੀ ਦਸਤਾਰ ਸਿਰ ਤੇ ਰੱਖੀ ਆ ਜਿਨ੍ਹਾਂ ਨੇ ਰੱਖੀ ਆ ਦੇਖੋ 10 ਸਕਿੰਟ ਨਹੀਂ ਲੱਗੇ ਉਹਨੇ ਲਾ ਦਿੱਤੀ ਆ ਬਿਲਕੁਲ ਮੈਂ ਚਾਹਾਂਗਾ ਟੈਕਨੀਕਲ ਟੀਮ ਨੂੰ ਜਿਹੜੇ ਦਰਸ਼ਕ ਹੁਣੇ ਸਾਡੇ ਨਾਲ ਜੁੜੇ ਨੇ ਉਹ ਵੀ ਤਸਵੀਰਾਂ ਨੂੰ ਵੇਖਣ ਤੇ ਇੱਕ ਵਾਰੀ ਜ਼ਰੂਰ ਚਲਾ ਕੇ ਜੀ ਆਲੂਵਾਲ ਸਾਹਿਬ ਮੇਰੀ ਗੱਲ ਸੁਣਿਓ ਇਹ ਜਿੰਨੇ ਜਿੱਥੇ ਅੱਗੇ ਜਿੱਥੇ ਜਿੱਥੇ ਵੀ ਜਾਂਦਾ ਨਾ ਮੋਦੀ ਉੱਥੇ ਆਪਣੇ ਸਟਾਈਲ ਦੀ ਪਗੜੀ ਬੰਨਦਾ ਪਿੱਛੇ ਲੜ ਛੱਡ ਕੇ ਇਹ ਘੰਟਾ ਡੇਢ ਘੰਟਾ ਅੱਧਾ ਅੱਧਾ ਘੰਟਾ ਇਹ ਭਾਸ਼ਣ ਦਿੰਦਾ ਆਪਣੀ ਪਗੜੀ ਬੰਨ ਕੇ ਤੇ ਜਿਹੜੀ ਪੰਜਾਬ ਦੀ ਪਗੜੀ ਜਿਹੜੀ ਦਸਤਾਰ ਸਿੱਖਾਂ ਨੇ ਰੱਖੀ ਆ ਤੇ ਉਹ 10 ਸਕਿੰਟਰੀ ਰੱਖੀ ਤੇ ਇਹ ਸਿੱਖਾਂ ਨੂੰ ਜਿਹੜੇ ਇਹਦੇ ਸਿਰ ਤੇ ਪੱਗ ਰੱਖਦੇ ਨੇ ਦਸਤਾਰ ਰੱਖਦੇ ਨੇ ਉਹਨਾਂ ਦੀ ਅਣਖ ਕਿੱਥੇ ਚਲੇ ਗਈ ਆ ਗੈਰਤ ਉਹਨਾਂ ਦੀ ਗੈਰਤ ਨੂੰ ਕੀ ਹੋ ਗਿਆ ਬਿਲਕੁਲ ਸੁਖਬੀਰ ਬਾਦਲ ਵੀ ਇੱਕ ਬਿਲਕੁਲ ਉਹਨਾਂ ਨੇ ਆਪਣਾ ਰਿਐਕਸ਼ਨ ਦਿੱਤਾ ਜਦੋਂ ਉਹਨਾਂ ਨੇ ਪੱਗ ਲਾਈ ਤਾਂ ਲੇਕਿਨ ਕਿਹਾ ਨਹੀਂ ਨਹੀਂ ਬਹੁਤ ਇਹ ਤੇ ਡਰਾਮੇਬਾਜ਼ੀਆਂ ਹੀ ਆ ਆਪਣੇ ਆਲਿਓ ਵਾਲੀ ਸਾਹਿਬ ਕਹਿਣ ਨੂੰ ਬਹੁਤ ਖੁਸ਼ ਆ ਲਓ ਮੈਂ 30 ਸਕਿੰਟ ਤੁਹਾਡੀ ਲੈ ਲਵਾਂ ਹੋਰ 30 ਸਕਿੰਟ ਜੀ 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 ਦੇਖੋ ਆਲਿਓਵਾਲ ਸਾਹਿਬ ਬਈ ਕੂੜ ਕੁਫਰ ਹੀ ਉੱਥੇ ਪ੍ਰਧਾਨ ਹੁੰਦਾ ਜੀ ਕਿੱਥੇ ਭਲਾ ਕੂੜ ਕੁਫਰ ਹੀ ਉੱਥੇ ਪ੍ਰਧਾਨ ਹੁੰਦਾ ਜਿੱਥੇ ਸੱਚ ਦਾ ਪਿਆ ਕਾਲ ਹੋਵੇ ਓਏ ਭੇਖ ਪਖੰਡ ਨਾਲ ਕਦੇ ਨਾ ਭਲਾ ਹੁੰਦਾ ਇਮਾਨਦਾਰੀ ਨਾਲ ਜੇ ਚਰਨਾਲ ਹੋਵੇ ਇਹ ਪਹਿਲੀ ਸ਼ਰਤ ਆ ਇਮਾਨਦਾਰ ਹੋਣਾ ਚਾਹੀਦਾ ਬੰਦੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਰੱਬ ਦੇ ਧਰਮ ਦੀ ਗੱਲ ਕੀਤੀ ਰੱਬ ਦਾ ਧਰਮ ਹੈਗਾ ਸੱਚ ਬੋਲਣਾ ਤੇ ਸੱਚ ਸੁਣਨਾ ਤੇ ਸੱਚ ਕਹਿਣਾ ਸੱਚ ਨਾਲ ਖੜਨਾ ਔਰ ਜਦੋਂ ਸਮਾਂ ਆ ਗਿਆ ਸੱਚ ਲਈ ਕੁਰਬਾਨ ਹੋ ਜਾਣਾ ਇਹ ਗੁਰੂ ਨਾਨਕ ਦਾ ਧਰਮ ਕਹਿੰਦਾ ਜੀ ਬਹੁਤ ਬਹੁਤ ਧੰਨਵਾਦ ਭੋਗਲ ਜੀ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਨੂੰ ਵੀ ਲੈ ਲਵਾਂ ਜੀ ਲਓ ਬਿਲਕੁਲ ਭੋਗਲ ਜੀ ਥੈਂਕ ਯੂ ਵੈਰੀ ਮੱਚ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੈਂ ਆਪਣਾ ਨਾਮ ਦੱਸਣਾ ਚਾਹੁੰਦਾ ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਮੈਂ ਜੀ 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 ਤੇ ਇੱਕ ਵੀਰ ਦਾ ਪ੍ਰੋਗਰਾਮ ਦੇਣ ਦੇ ਪਏ ਸੀ ਵੀਰ ਜੀ ਮੈਂ ਤੇ ਚਾਹਾਂ ਇਹ ਸਹੀ ਪਾਉਣਾ ਚਾਹੁੰਦਾ ਤੁਹਾਡੇ ਯੋਗਦਾਨ ਚ ਲੇਕਿਨ ਇਹ ਕਹਿੰਦੇ ਨਾ ਕਿ ਮੋਦੀ ਆਇਆ ਮੋਦੀ ਪੰਜਾਬ ਚ ਬੋਲਿਆ ਜਿੱਦਾਂ ਵੀਰ ਜੀ ਆਲੂਵਾਲ ਸਾਹਿਬ ਜੀ ਦੱਸਦੇ ਪਏ ਨੇ ਤੇ ਗੱਲ ਮੈਂ ਇੱਕ ਸਾਡੇ ਬਜ਼ੁਰਗ ਕਹਿੰਦੇ ਪਏ ਸੀ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਜ਼ੁਰਗਾਂ ਨੂੰ ਇਹ ਕਹਿਣਾ ਕਿ ਸਾਡਾ ਕਸੂਰ ਕਿਹਦਾ ਹੈ ਕਸੂਰ ਸਾਡਾ ਵੈ ਸਿੱਖਾਂ ਦਾ ਕਿ ਅਸੀਂ ਹਿੰਦੂਆਂ ਨੂੰ ਪਹਿਲ ਦਿੰਦੇ ਹਾਂ ਅਸੀਂ ਉਹਨਾਂ ਨੂੰ ਸੱਦਦੇ ਹਾਂ ਜਿਹੜੇ ਸਾਡੇ ਪੰਜਾਬ 'ਚ ਜਿੱਦਾਂ ਖਹਿਰਾ ਹੋਇਆ ਜਿੱਦਾਂ ਕਹਿੰਦੇ ਨੇ ਮੁੱਖ ਮੰਤਰੀ ਆਪਣਾ
ਤੇ ਉਹ ਸਭ ਤੋਂ ਮੈਂ ਕਹਿੰਦਾ ਮਰਾਉਣ ਵਾਲਾ ਤਾਂ ਬੰਦਾ ਉਹੀ ਆ, ਮੇਰਾ ਵੀ ਸਾਡਾ ਹੀ ਪਰਿਵਾਰ ਹਰਿਮੰਦਰ ਸਾਹਿਬ ਸ਼ਹੀਦ ਹੋਇਆ। ਤੇ ਇੱਕ ਗੱਲ ਇਹ ਆ ਵੀਰ ਜੀ, ਮੈਂ ਇਹ ਗੱਲ ਕਹਿੰਦਾ ਕਿ ਮੈਂ ਇਹ ਕਹਿੰਦਾ ਚਾਹੁੰਦਾ ਕਿ ਤੁਸੀਂ ਆਪਾਂ ਇੱਕ ਦੂਜੇ ਦੀ ਲੱਤਾਂ ਕਾਹਤੋਂ ਖਿੱਚਦੇ, ਜੇ ਆਪਣੇ ਸਿੱਖ ਕਹਿੰਦੇ ਨਾ ਸਾਰੇ ਕਿ ਅਸੀਂ ਇਕੱਠੇ ਆ ਇਕੱਠੇ ਆ। ਤੇ ਵੀਰ ਜੀ ਮੈਂ ਤੁਹਾਡਾ ਟੀਵੀ ਬੜੇ ਚਿਰ ਤੋਂ ਦੇਖਦਾ, ਮੈਂ ਸਾਰਿਆਂ ਨੂੰ ਦੇਖਦਾ ਪ੍ਰੋਗਰਾਮ, ਲੇਕਿਨ ਕਹਿੰਦਾ ਮਤਲਬ ਕਿ ਮੈਂ ਆਪਣਾ ਯਾਦ ਨਹੀਂ ਕਰਨਾ ਚਾਹੁੰਦਾ ਇੱਕ ਪ੍ਰੋਗਰਾਮ, ਲੇਕਿਨ ਕਹਿੰਦਾ ਸਾਰੇ ਜਿਹੜੇ ਕਹਿੰਦੇ ਨਾ ਅੱਜ ਹੁਣ ਜਿਹੜੇ ਪਹਿਲੇ ਤਿੰਨ ਵੀਰ ਬੋਲ ਕੇ ਗਏ ਨੇ ਬਜ਼ੁਰਗ ਸਾਡੇ ਬੋਲ ਕੇ ਗਏ ਨੇ, ਉਹਨਾਂ ਨੂੰ ਪੁੱਛੋ ਤੇ ਤੁਸੀਂ ਕਹਿੰਦੇ ਬਿਲਕੁਲ ਸਰਦਾਰ ਹੋ, ਪਹਿਲਾਂ ਉਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੀਦੀ, ਇਹ ਨਹੀਂ ਕਿ ਅਮੀਰ ਨੇ ਜਾਂ ਗਰੀਬ ਨੇ, ਮੈਂ ਗਰੀਬ ਹਾਂ ਲੇਕਿਨ ਮੈਂ ਦੂਰ ਰਹਿੰਦਾ ਦੁਨੀਆਂ ਤੋਂ, ਤੇ ਲੇਕਿਨ ਇਹ ਗੱਲ ਉਹਨੂੰ ਪੁੱਛੋ ਇਹ ਵੀਰ ਨੂੰ ਤੁਸੀਂ ਉਮੀਦ ਹੈ ਤੇ ਫਿਰ ਤੁਸੀਂ ਲੋਕਾਂ ਦੀ ਲੱਤਾਂ ਕਾਹਤੋਂ ਫਿਰ ਤੁਸੀਂ ਸਿੱਧੇ ਕਿਉਂ ਨਹੀਂ ਲੜਾਈ ਕਰਦੇ ਹੋ, ਜਿੱਦਾਂ ਅਸੀਂ ਸਾਰਿਆਂ ਨੇ ਰਲ ਕੇ ਇੰਨੇ ਚੈਨਲ ਚਲਾਏ ਨੇ ਤੇ ਸਾਰੇ ਇੱਕ ਰਲ ਕੇ ਇੱਕੋ ਚੈਨਲ ਚਲਾਓ ਹਾਂ, ਜੇ ਤੁਸੀਂ ਕਹਿੰਦੇ ਖਾਲਿਸਤਾਨ ਬਣਾਉਣਾ ਹੈ ਤੇ ਮੋਦੀ ਵੜਦੇ ਹੀ ਨੀ ਪੰਜਾਬ ਚ, ਮੋਦੀ ਕਿੰਨਾ ਨੇ ਵਾਲਿਆ, ਮੋਦੀ ਵਾਲਿਆ ਸਿੱਖਾਂ ਨੇ, ਕਿੰਨੇ ਕਹਿੰਦੇ ਅਸੀਂ ਸਿੱਖ ਹੈ, ਕੋਈ ਕਹਿੰਦਾ ਹਿੰਦੂ ਹੈ, ਕੋਈ ਕਹਿੰਦਾ ਕੁਛ ਹੈ, ਤੇ ਅਸੀਂ ਵਾੜਿਆ ਤੇ ਕਿਉਂਕਿ ਸਾਡੇ ਦੇ ਇੱਕ ਜੁੜਤਾ ਨਹੀਂ ਹੈਗੀ, ਅਸੀਂ ਭੁੱਖੇ ਹੈਗੇ ਕੁਰਸੀ ਤੇ ਭੁੱਖੀ। ਵੀਰ ਜੀ ਮੈਂ ਇੱਕ ਗੱਲ ਹੈ, ਮੈਂ ਕਰਕੇ ਜੇ ਮੇਰੀ ਗੱਲ ਸੁਣਦੇ, ਮੈਂ ਕੋਈ ਮਾੜੀ ਗੱਲ ਤੇ ਨ਀ ਬੋਲਦਾ, ਲੇਕਿਨ ਮੈਂ ਤੁਹਾਡੇ ਦਰਦ ਨੂੰ ਬਿਲਕੁਲ ਸਮਝ ਪਾ ਰਿਹਾ, ਕਿਉਂਕਿ ਜਿਹਨੇ ਆਪ ਆਪਣੇ ਉੱਤੇ ਹੰਡਾਇਆ ਹੁੰਦਾ ਉਹ ਵਾਕਈ ਇਹਨਾਂ ਗੱਲਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਨਾਲ ਜੋੜ ਕੇ ਵੇਖਦਾ। ਮੈਂ ਤੁਹਾਡੇ ਦਰਦਾਂ ਨੂੰ ਸਮਝ ਸਕਦਾ, ਤੁਹਾਡੇ ਦਰਦ ਦੀ ਮੈਂ ਕਦਰ ਕਰਦਾ, ਇਸੇ ਤਰੀਕੇ ਨਾਲ ਸਾਨੂੰ ਫੋਨ ਕਰਦੇ ਰਿਹਾ ਕਰੋ ਜੇਕਰ ਤੁਹਾਨੂੰ ਕੋਈ ਗੱਲ ਕਹਿਣੀ ਹੁੰਦੀ ਹੈ, ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਗੱਲਾਂ ਨੂੰ ਅਸੀਂ ਜ਼ਰੂਰ ਚਾਨਣਾ ਪਾਈਏ ਔਰ ਜਿਹੜੇ ਤੁਹਾਡੇ ਵਿਚਾਰ ਨੇ ਉਹਨਾਂ ਤੱਕ ਪਹੁੰਚਾਈਏ ਔਰ ਉਹ ਵਿਚਾਰ ਉੱਥੇ ਪਹੁੰਚਣ। ਇੱਕ ਨਿੱਕੇ ਜਿਹੇ ਵਕਫੇ ਲਈ ਰੁਕਣਾ, ਵਕਫੇ ਤੋਂ ਬਾਅਦ ਜੇ ਦੇਵਾਂਗਾ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ, ਜੇਕਰ ਫੋਨ ਨਹੀਂ ਕਰ ਸਕਦੇ ਤਾਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ ਮੇਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇੱਕ ਵਕਫੇ ਲਈ ਰੁਕ ਰਹੇ ਹਾਂ, ਵਕਫੇ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਬਦਸਤੂਰ ਜਾਰੀ ਹੈ।